धन वाहिगुरु साहिब जीओ प्रीत प्रेम तन खच रहा बीच ना राई होत चरण कमल मन बेदेओ भोजन सुरत संजोग प्रीत प्रेम तन खच रहा बीच ना राई होत चरण कमल मन बेदेओ भोजन सुरत संजोग। वाहिगुरु जी का खालसा वाहिगुरु जी की फतेह। संसार विच जितनी भी साड़ी किसी नाल नेड़ता जां दूरी है वो कर्मां दे कारण है। जिहदे नाल जितना जरूरी काम है उहदे नाल मनुख उतनी ही नेड़ता बनाई रखता है। जिहदे नाल मैनू काम ही कोई नहीं पैना मनुख उहदे नाल नेड़ता भी नहीं बनाउंदा। संसार विच बहुत लोग ने पर सारिआं नाल साडी नेड़ता नहीं हुंदी। गुरबाणी दे इक बचन आपां रोज़ पढ़ने हैं, करमी आपो अपनी के नेड़े के दूर। संसारक पद्धर ते भी इस पंक्ति नूं इवें विचार सकने हैं, किसे मनुख दे किहो जे कर्म ने उहदी ओडी नेड़ता है, नहीं कर्मां नाल वास्ता ते दूरी बनी रहिंदी है। पहला साडा जिहड़ा वास्ता किसे नाल पैंदा है वह विहार करके पैंदा है। विहार के नाल नाल फिर दूजी अवस्था साडा प्यार बन जाता है। प्यार तो बाद जीवन विच एक होर तब्दीली आउंदी है, उहनूं प्रतीत कहिंदे ने। पहला विहार, फिर प्यार, फिर प्रतीत। जिस दिन प्रतीत पैदा हो जाए, विश्वास पैदा हो जाए, ये प्रतीत ही बदल के फिर प्रीत बन जाती है। एक गहरी प्रीत बन जाती है, प्यार दे गहरे रूप नूं ही प्रीत कहिंदे ने। प्यार विच भी कदे कदाई शर्त हो जाती है, जे सामने वाला किन्ना क प्यार करदा उन्ना क वापस करने है। प्रीत विच शर्त नहीं होंदी, प्रीत विचो करे ते भावें ना करे, पर प्रीत करन वाला करदा है। आपां करीब करीब बहुत बारी इन्हां शब्दां नूं दोहराउने हैं, पाणी प्रीत करे ते भावें ना करे, पर मच्छी ते करदी है ना। भौरा प्रीत करे, फुल प्रीत करे जां ना करे, पर भौरा करदा है। एक छोटी जी विचार, किसे एक दरवेश नूं एक नौजवान ने सवाल कर दिता, कहिंदा बाबा तू इबादत ते बड़ी करदा है, रब दी बंदगी ते बड़ी करना, पर कदे रब देखिया भी है? वह हस के कहन लग्या, दरवेश कहिंदा हाँ, मैं नित दिहाड़ी देखना है, कदे कदाई क्यों, मैं रोज ही देखना। कहन लग्या, कदे मैनू भी दिखा? कहन लगे, जो यकीनन देख सकना है। कहन लगे, कुदरत विच ही तां कादर वसदा, मैं तैनू दिखाउणा है। वो लैके चला गया, उन्हें एक मां नाल वास्ता पाया। कहन लग्या, आ देख मां, इच रब वर्गे गुण ने, तू चाहवे तां देख सकना इहदे विचों रब। कहन लगे, ओ किवें?
ਕਹਿਣ ਲੱਗੇ ਵੇਖ ਇਹਨੂੰ ਕੋਈ ਪਤਾ ਨਹੀਂ ਵੀ ਮੇਰੀ ਕੁੱਖ ਤੋਂ ਜੰਮਣ ਵਾਲਾ ਲੜਕਾ ਹੈ ਜਾਂ ਲੜਕੀ ਹੈ। ਪਹਿਲਾਂ ਨਹੀਂ ਸੀ ਪਤਾ ਹੁੰਦਾ ਲੋਕਾਂ ਨੂੰ, ਨਾ ਇਹਨੂੰ ਪਤਾ ਵੀ ਇਹਨੇ ਕਿੰਨਾ ਕੁ ਸੋਹਣਾ ਬਣਨਾ ਹੈ ਅਤੇ ਕਿੰਨਾ ਕੁ ਇਹਨੇ ਭੱਦੇ ਰੂਪ ਰੰਗ ਵਾਲਾ ਬਣਨਾ ਹੈ, ਨਾ ਮਾਂ ਨੂੰ ਇਹ ਪਤਾ ਵੀ ਇਹਨੇ ਲਾਇਕ ਬਣਨਾ ਹੈ ਜਾਂ ਨਲਾਇਕ ਬਣਨਾ, ਨਾ ਮਾਂ ਨੂੰ ਇਹ ਪਤਾ ਵੀ ਇਹਨੇ ਬਹੁਤ ਉੱਚੀ ਵਿੱਦਿਆ ਪ੍ਰਾਪਤ ਕਰਨੀ ਜਾਂ ਰੋਜ਼ ਉਲਾਮੇ ਦੇਣੇ। ਪਰ ਫਿਰ ਵੀ ਮਾਂ ਪਿਆਰ ਕਰਦੀ, ਉਹਨੇ ਕਦੇ ਨਹੀਂ ਦੇਖਿਆ ਆਪਣੀ ਕੁੱਖ 'ਚ, ਉਹਦੇ ਉਹਨੇ ਦੇਖਿਆ ਕਦੇ ਵੀ ਨਹੀਂ, ਪਰ ਉਹ ਪਿਆਰ ਕਰਦੀ ਹੈ। ਕਹਿਣ ਲੱਗੇ ਗੱਲ ਇਕੱਲੀ ਮਾਂ ਦੀ ਨਹੀਂ ਹੈ, ਤੁਹਾਡੇ 'ਚੋਂ ਸ਼ਾਇਦ ਕਿਸੇ ਨੂੰ ਵਕਤ ਮਿਲਿਆ ਹੋਵੇ, ਇੱਥੋਂ ਦੀ ਜ਼ਿੰਦਗੀ ਦੀ ਸ਼ੈਲੀ ਵੱਖਰੀ ਹੈ। ਇੱਕ ਟਟੀਰੀ ਹੋਇਆ ਕਰਦੀ ਸੀ, ਜਦੋਂ ਉਹਦੇ ਆਂਡੇ ਪਏ ਨੇ ਨਾ, ਆਂਡਿਆਂ 'ਚ ਪਤਾ ਨਹੀਂ ਵੀ ਬੱਚਾ ਜਿਉਂਦਾ ਨਿਕਲਣਾ ਜਾਂ ਮਰਿਆ ਨਿਕਲਣਾ। ਉਹਦੇ ਅਗਰ ਆਂਡਿਆਂ ਕੋਲ ਦੀ ਕੋਈ ਤੁਰ ਜਾਂਦਾ ਸੀ ਨਾ, ਉਹ ਬਹੁਤ ਦੁਹਾਈਆਂ ਪਾਉਂਦੀ ਹੈ ਵੀ ਕਿਤੇ ਮੇਰੇ ਆਂਡਿਆਂ ਨੂੰ ਕੋਈ ਛੇੜ ਨਾ ਦੇਵੇ। ਕਹਿੰਦੇ ਵੇਖ ਕਿਵੇਂ ਤੜਫਦੀ ਹੈ, ਉਹ ਮਾਂ ਹੈ, ਉਹਨੇ ਕੁਛ ਨਹੀਂ ਦੇਖਿਆ ਬੱਚੇ ਦਾ, ਪਰ ਪ੍ਰੀਤ ਕਰ ਰਹੀ ਹੈ। ਅਣਗਿਣਤ ਐਸੀਆਂ ਉਦਾਹਰਨਾਂ ਮਿਲ ਸਕਦੀਆਂ ਨੇ ਸਾਨੂੰ ਕੁਦਰਤ ਵਿੱਚੋਂ, ਜਿਹੜੀ ਪ੍ਰੀਤ ਦੀ ਹਾਮੀ ਭਰਦੀਆਂ ਨੇ। ਸਾਹਿਬ ਨੇ ਕਿਰਪਾ ਕੀਤੀ, ਬੜੀ ਪਿਆਰ ਦੀ ਵਿਚਾਰ ਸਮਝ। ਇੱਕ ਮੈਂ ਬੇਨਤੀ ਰੋਜ਼ ਕਰਾਂ, ਅਸੀਂ ਗੁਰਬਾਣੀ ਨੂੰ ਸਿਰਫ ਇੱਕ ਮੰਤਰ ਜੇ ਵਾਂਗੂ ਪੜ੍ਹਦੇ ਹਾਂ, ਜੀਵਨ ਜੁਗਤ ਲਈ ਨਹੀਂ ਪੜ੍ਹਦੇ। ਇਹ ਦੋਵੇਂ ਗੱਲਾਂ ਸੰਪੂਰਨ ਨੇ, ਮੁਕੰਮਲ ਕੰਪਲੀਟ ਜੀਵਨ ਜੁਗਤ ਹੈ ਅਤੇ ਜੀਵਨ ਦੀ ਸਫਲਤਾ ਦੇ ਰਾਜ ਨੇ। ਜੀਵਨ ਸਫਲ ਹੋ ਸਕਦਾ ਜੇ ਮਨੁੱਖ ਗੁਰਬਾਣੀ ਨੂੰ ਅਧਿਆਤਮਕ ਤੌਰ 'ਤੇ ਮਾਨਸਿਕ ਪੱਧਰ 'ਤੇ ਚੰਗੀ ਤਰ੍ਹਾਂ ਸਮਝ ਲਵੇ। ਸਾਹਿਬ ਕਹਿੰਦੇ ਵੀ ਭਲਿਆ ਜਿਹੜੀ ਪ੍ਰੀਤ ਕੇਵਲ ਵਿਹਾਰ ਤੱਕ ਰੁਕ ਜਾਏ ਉਹ ਝੂਠੀ ਪ੍ਰੀਤ ਹੈ। ਹਜ਼ੂਰ ਦੇ ਬਚਨ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਓ ਸਭ ਲਾਗੀ ਕਿਆ ਦਾਰਾ ਕਿ ਅਮੀਤ। ਇਹ ਤਾਂ ਝੂਠੀ ਪ੍ਰੀਤ ਹੈ। ਇੱਥੋਂ ਤੱਕ ਜੇ ਪਤਾ ਲੱਗ ਜਾਏ ਵੀ ਮੈਨੂੰ ਸੁੱਖ ਪਾਪ ਵੱਲੋਂ ਨਹੀਂ ਮਿਲਣਾ, ਮਾਂ ਵੱਲੋਂ ਨਹੀਂ ਮਿਲਣਾ, ਇਹ ਬਿਰਧ ਆਸ਼ਰਮ ਛੱਡ ਆਉਂਦਾ। ਜਿਹਨੂੰ ਪਤਾ ਲੱਗ ਜਾਏ ਵੀ ਮੇਰੀ ਔਲਾਦ ਤੋਂ ਸੁੱਖ ਮੈਨੂੰ ਨਹੀਂ ਮਿਲਣਾ, ਇਹ ਕਿਸੇ ਕਾਰਨ ਅਪਾਹਜ ਹੈ, ਇਹ ਬੰਦਾ ਆਪਣੀ ਔਲਾਦ ਨੂੰ ਵੀ ਪਿੰਗਲ ਵਾੜੇ ਛੱਡ ਆਉਂਦਾ ਹੈ। ਜਿਹਨੂੰ ਪਤਾ ਲੱਗ ਜਾਏ ਵੀ ਮੈਨੂੰ ਮੇਰੇ ਸਰੀਰ ਤੋਂ ਵੀ ਸੁੱਖ ਨਹੀਂ ਨਾ ਮਿਲਣਾ, ਇਹ ਆਤਮ ਹੱਤਿਆ ਕਰ ਲੈਂਦਾ, ਸਰੀਰ ਦਾ ਵੀ ਤਿਆਗ ਕਰ ਦਿੰਦਾ। ਜਿਸ ਦਿਨ ਗੁਰੂ ਚਰਨਾਂ ਵਿੱਚ ਜੁੜ ਗਏ ਨਾ, ਉਸ ਦਿਨ ਸੱਚੀ ਪ੍ਰੀਤ ਦਾ ਪਤਾ ਲੱਗਦਾ। ਫਿਰ ਹੀ ਉਹ ਮਾਲਕ ਨੂੰ ਬੇਨਤੀ ਕਰਦਾ, ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ, ਕਿਉਂਕਿ ਤੇਰੀ ਪ੍ਰੀਤ ਵਿੱਚ ਸਵਾਰਥ ਨਹੀਂ ਹੈ। ਤੂੰ ਸਾਨੂੰ ਇਸ ਲਈ ਪ੍ਰੀਤ ਨਹੀਂ ਕਰਦਾ ਵੀ ਤੈਨੂੰ ਕੋਈ ਸਵਾਰਥ ਹੈ, ਨਹੀਂ। ਜਿਨ੍ਹਾਂ ਨੇ ਮਾਲਕ ਦੇ ਨਾਲ ਪ੍ਰੀਤ ਕੀਤੀ, ਜੈਂ ਤੇ ਉਪਜੀ ਤੈਂ ਮਿਲੀ, ਸੱਚੀ ਪ੍ਰੀਤ ਸਮਾਹ ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆ। ਰੇ ਮਨ ਰਾਮ ਸਿਉਂਕਰ ਪ੍ਰੀਤ, ਸਰਬਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਇਸੇ ਲਈ ਹਜ਼ੂਰ ਆਖਦੇ ਨੇ ਤੂੰ ਰੱਬ ਨਾਲ ਪ੍ਰੀਤ ਕਰਕੇ ਦੇਖ, ਪਰਮੇਸ਼ਰ ਨਾਲ ਪ੍ਰੀਤ ਕਰਕੇ ਦੇਖ। ਪਰ ਮਨੁੱਖ ਦਾ ਸੁਭਾਅ ਹੈ, ਬੜੇ ਧਿਆਨ ਨਾਲ ਸੁਣੇ ਸ਼ਬਦ ਨੂੰ, ਆਦ ਅੰਤ ਜੋ ਰਾਖਣ ਹਾਰ ਤਿਸ ਸਿਓਂ ਪ੍ਰੀਤ ਨਾ ਕਰੇ ਗਵਾਰ। ਜਿਹੜਾ ਆਦ ਅੰਤ ਰੱਖਣ ਵਾਲਾ ਹੈ ਨਾ, ਉਹਦੇ ਨਾਲ ਪ੍ਰੀਤ ਨਹੀਂ ਕਰਦਾ। ਆਦ ਅੰਤ ਜੋ ਰਾਖਣ ਹਾਰ ਤਿਸ ਸਿਓਂ ਪ੍ਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨੌਨਿਤ ਪਾਵੇ ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਜੋ ਠਾਕੁਰ ਸਦ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਣਤ ਦੂਰੇ, ਜਾਂ ਕੀ ਟਹਿਲ ਪਾਵੇ ਦਰਗੇ ਮਾਨ ਜਿਸੇ ਵਿਸਾਰੇ ਮੁਗਧ ਅਜਾਨ। ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਸਾਨੂੰ ਪ੍ਰੀਤ ਕਰਨੀ ਨਹੀਂ ਆਈ। ਹਜ਼ੂਰ ਦੇ ਬਚਨ ਨੇ ਬੜੇ ਪਿਆਰੇ, ਕਹਿੰਦੇ ਇੱਕ ਵਾਰੀ ਪ੍ਰੀਤ ਮਾਲਕ ਨਾਲ ਪੈ ਜਾਏ, ਸਾਈਂ ਨਾਲ ਪ੍ਰੀਤ ਪੈ ਜਾਏ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਕ ਅਜਾਨ,
ਤਾਂ ਸਿਉ ਟੂਟੀ ਕਿਉਂ ਬਣੇ ਜਾਂ ਕਿ ਜੀ ਪ੍ਰਾਣ। ਮੇਰੀ ਪ੍ਰੀਤ ਮੇਰੇ ਪਿਆਰੇ ਨਾਲ ਬਣ ਗਈ, ਲੋਕ ਅਣਜਾਣ ਮੈਨੂੰ ਵਰਜਦੇ ਨੇ। ਇੱਕ ਬੁੱਲੇ ਸ਼ਾਹ ਦਾ ਬਚਨ ਹੈ ਬੜਾ ਪਿਆਰਾ, ਉਹਦੇ ਉਸਤਾਦ ਸਨ ਨਾ ਜਿਹੜੇ ਅਨਾਇਤ ਕਾਜ਼ੀ, ਉਹ ਅਰਾਈਆਂ ਸਨ, ਮੁਸਲਮਾਨਾਂ ਵਿੱਚ ਉਹਨੂੰ ਛੋਟੀ ਜਾਤ ਕਰਕੇ ਜਾਣਿਆ ਜਾਂਦਾ। ਇਹ ਬੁੱਲੇ ਸ਼ਾਹ ਸ਼ੈਦ ਸੀ, ਉਹ ਉੱਚੀ ਕੁਲ ਨਾਲ ਸੰਬੰਧਿਤ ਸੀ। ਬੁੱਲੇ ਨੂੰ ਸਮਝਾਵਣ ਆਈਆਂ ਬੁੱਲੇ ਦੀਆਂ ਭਰਜਾਈਆਂ, ਤੂੰ ਬੁੱਲਿਆ ਕਿਉਂ ਸ਼ੈਦ ਹੋ ਕੇ ਕੁੱਲ ਨੂੰ ਲੀਕਾਂ ਲਾਈਆਂ। ਕਹਿਣ ਲੱਗੇ ਤੂੰ ਸ਼ੈਦ ਹੈ ਅਤੇ ਤੂੰ ਆਰਾਈਆਂ ਨਾਲ ਸਾਂਝ ਪਾ ਲਈ ਅਤੇ ਆਪਣਾ ਗੁਰੂ ਐਡੀ ਨੀਵੀਂ ਜਾਤ ਵਾਲਾ ਬਣਾ ਲਿਆ। ਬੁੱਲੇ ਨੇ ਪਰਵਾਹ ਨਾ ਕੀਤੀ, ਕਹਿਣ ਲੱਗੇ ਨਾ ਭਲੀਓ, ਜਿਹੜਾ ਸਾਨੂੰ ਸ਼ੈਦ ਆਖੇ ਦੋਜ਼ਕ ਮਿਲਣ ਸਜਾਈਆਂ, ਜਿਹੜਾ ਸਾਨੂੰ ਸ਼ੈਦ ਆਖੇ ਨਾ ਉਹਨੂੰ ਤਾਂ ਦੋਜ਼ਕ ਵਿੱਚ ਸਜਾਵਾਂ ਮਿਲਣ ਮੇਰਾ ਜੀ ਕਰਦਾ। ਮੈਂ ਆਪਣੇ ਪਿਆਰੇ ਨਾਲ ਪਿਆਰ ਕੀਤਾ, ਮੈਂ ਆਪਣੇ ਉਸਤਾਦ ਨਾਲ ਆਪਣੇ ਮੁਰਸ਼ਦ ਨਾਲ ਪਿਆਰ ਕੀਤਾ, ਮੈਂ ਉਹਦੀਆਂ ਜ਼ਾਤਾਂ ਨਹੀਂ ਦੇਖੀਆਂ। ਬੇਨਤੀ ਕਰਾਂ ਪਿਆਰ ਵਾਲਿਓ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਨਾ ਕਰਦਾ, ਉਹ ਦੂਜਿਆਂ ਨੂੰ ਵੀ ਨਹੀਂ ਕਰ ਸਕਦਾ। ਜਿਸ ਦਿਨ ਆਪਣੇ ਆਪ ਨਾਲ ਪਿਆਰ ਹੋ ਗਿਆ, ਮਾਲਕ ਤੇਰਾ ਸ਼ੁਕਰਾਨਾ ਹੈ, ਤੇਰਾ ਧੰਨਵਾਦ ਹੈ, ਉਸ ਦਿਨ ਬੰਦਾ ਆਪਣੇ ਚੁਗਿਰਦੇ 'ਚ ਵੀ ਪਿਆਰ ਵੰਡੇਗਾ। ਛੋਟੀ ਜਿਹੀ ਇੱਕ ਬੇਨਤੀ ਕਰਾਂ, ਮੇਰਾ ਖਿਆਲ ਹੈ ਸ਼ਬਦ ਤੁਹਾਡੇ ਬਹੁਤ ਵਾਰੀ ਕੰਨਾਂ 'ਚ ਪਏ ਹੋਣਗੇ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ। ਕਿਆ ਕੋਈ ਕਰੇ ਵਿਚਾਰ? ਦੇਖੋ, ਭਾਂਡੇ 'ਚ ਪਾਈ ਹੋਈ ਵਸਤੂ ਹੀ ਨਿਕਲਣੀ ਹੈ। ਜਿਨ੍ਹਾਂ ਨੇ ਜੀਵਨ ਦੇ ਭਾਂਡੇ ਵਿੱਚ ਨਫ਼ਰਤ ਜ਼ਹਿਰ ਪਾ ਲਈ, ਉਹ ਜ਼ਹਿਰ ਹੀ ਵੰਡਦੇ ਨੇ। ਜਿਨ੍ਹਾਂ ਨੇ ਪਿਆਰ ਪਾ ਲਿਆ, ਪ੍ਰੀਤ ਪਾ ਲਈ, ਮੁਹੱਬਤ ਪਾ ਲਈ, ਉਹ ਸਾਰੀ ਜ਼ਿੰਦਗੀ ਮੁਹੱਬਤ ਹੀ ਵੰਡਦੇ ਨੇ। ਜੇ ਕਿਤੇ ਅੰਦਰ ਪਿਆਰ ਨਾਲ ਭਰ ਜਾਏ, ਉਸ ਬੰਦੇ ਦੀ ਅੱਖ 'ਚੋਂ ਨਫ਼ਰਤ ਚਲੇ ਜਾਂਦੀ ਹੈ, ਉਸ ਬੰਦੇ ਦੀ ਸੋਚ ਪਵਿੱਤਰ ਹੋ ਜਾਂਦੀ ਹੈ, ਉਹਦੇ ਬੋਲ ਮਿੱਠੜੇ ਹੋ ਜਾਂਦੇ ਨੇ, ਉਹਦੀ ਕੰਨਾਂ ਦੀ ਸੋਏ ਪਿਆਰੀ ਹੋ ਜਾਂਦੀ ਹੈ, ਉਹ ਚੰਗੀਆਂ ਗੱਲਾਂ ਸੁਣਦਾ, ਆਪਣੀ ਜ਼ਬਾਨ ਤੋਂ ਕੌੜਾ ਨਹੀਂ ਬੋਲਦਾ। ਜੇ ਤਾਂ ਪਿਰਿਆ ਦੀ ਸਿੱਖ, ਜੇ ਤੈਨੂੰ ਪਸਾਈ ਦੇ ਮਿਲਾਪ ਦੀ ਲੋੜ ਹੈ ਨਾ, ਤਾਂ ਸੱਜਣਾ ਜ਼ਬਾਨੋਂ ਇੱਕ ਵੀ ਸ਼ਬਦ ਕੌੜਾ ਨਾ ਬੋਲੀ। ਉਹਨਾਂ ਦਾ ਕਿੰਨਾ ਕੁਛ ਸੁਧਰ ਜਾਂਦਾ, ਦਿਲ ਪਿਆਰ ਵਿੱਚ ਭਰਿਆ ਹੋਇਆ, ਨਿੰਦਾ ਕਰਨ ਨੂੰ ਜੀ ਨਹੀਂ ਕਰਦਾ, ਮਾਲਕ ਦੇ ਚਰਨਾਂ ਵਿੱਚ ਜੁੜਿਆ ਹੋਇਆ। ਤਾਂ ਸੱਚੇ ਪਾਤਸ਼ਾਹ ਨੇ ਅੱਜ ਚੌ ਬੋਲੇ ਦੇ ਦੂਜੇ ਸ਼ਬਦ ਵਿੱਚ ਇੱਕ ਬੜਾ ਪਿਆਰਾ ਜੀਵਨ ਦਾ ਨੁਕਤਾ ਸਮਝਾਇਆ। ਪ੍ਰੀਤ ਪ੍ਰੇਮ ਧਨ ਖੱਚ ਰਿਹਾ, ਮੇਰਾ ਮਨ ਪਿਆਰੇ ਦੇ ਪਿਆਰ ਵਿੱਚ, ਪਿਆਰੇ ਦੀ ਪ੍ਰੀਤ ਵਿੱਚ ਖੱਚ ਰਿਹਾ, ਜੁੜ ਗਿਆ, ਖੱਚਤ ਹੋ ਗਿਆ, ਬਿੰਨਿਆ ਗਿਆ, ਬਿਲਕੁਲ ਇੱਕਮਿਕ ਹੋ ਗਿਆ, ਪਿਆਰੇ ਦੇ ਪਿਆਰ ਵਿੱਚ ਜੁੜ ਗਿਆ। ਹੁਣ ਮੇਰੇ ਮਾਲਕ ਨਾਲ ਮੈਨੂੰ ਪ੍ਰੀਤ ਬਣ ਗਈ, ਉਹਦੇ ਪਿਆਰ ਵਿੱਚ ਭਿੱਜਿਆ ਰਹਿਣਾ ਬਣ। ਇੱਕ ਸ਼ਬਦ ਬੜਾ ਪਿਆਰਾ ਕਬੀਰ ਸਾਹਿਬ ਦਾ, ਉਹ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਰਵਤ ਦਾ ਅਰਥ ਹੁੰਦਾ ਹੈ ਆਰਾ। ਜੇ ਮੇਰੇ ਸਰੀਰ 'ਤੇ ਕੋਈ ਆਰਾ ਵੀ ਚਲਾ ਦੇਵੇ, ਭਾਵ ਅਨੇਕਾਂ ਤਸੀਹੇ ਵੀ ਮਿਲਣ ਤੇਰੀ ਪ੍ਰੀਤ ਦੇ ਰਾਹ 'ਤੇ ਤੁਰਦਿਆਂ, ਤਾਂ ਮੈਂ ਤਸੀਹੇ ਚੱਲ ਲਾਂਗਾ ਸੌਖਾ। ਜਿਹੜਾ ਤੇਰੇ ਵਿਛੋੜੇ ਦਾ ਦੁੱਖ ਹੈ, ਇਹ ਮੇਰੇ ਕੋਲੋਂ ਨਹੀਂ ਚੱਲਿਆ ਜਾਣਾ, ਤੇਰੇ ਵਿਛੋੜੇ ਦਾ ਦੁੱਖ ਨਹੀਂ ਚੱਲਿਆ ਜਾਣਾ। ਜਦੋਂ ਪ੍ਰੀਤ ਬਣ ਜਾਏ,
प्रीत प्रेम तन खच रहा बीच न राई होत। राई निक्का जिहा भी निक्का जी भी दूरी अपने प्यारे तो बर्दाश्त नहीं करता, अपने प्यारे नाल जुड़िया रहिंदा, साईं नाल जुड़िया रहिंदा, किसी दूजे का ख्याल भी नहीं आता। प्रीत प्रेम तन खच रहा बीच न राई होत। अपने प्यारे दे प्यार विच इन्ना खचत है, इन्ना जुड़िया हुआ है, इन्ना एकमिक है, एक रति मात्र भी उहदे तो विथ, उहदे तो दूरी, उहदे तो विछोड़ा सहार नहीं हुंदा। यकीन करके जाणिओ, जे किते मनुख नूं प्रीत पैदा हो जाए। आ देखो हुण आपां धर्म दी दुनिया च आपां धर्म कमाउण दी कोशिश करदे हां, कुछ सिमरन करदा है। सच्ची गल मैं कहनी चाहुंदा, लुको नहीं रखना चाहुंदा, आपां जदों भी बाणी पढ़ने किन्नियां उबासियां आउंदियां ने सानूं। तुसीं कदे देखिओ थिएटरां च सिनेमियां च लोक तुहानूं सुत्ते नहीं मिलणगे। बहुतात बारी कारण होएगा तुहानूं कीर्तन दरबारां च, कथा दरबारां च लोक बहुती बारी सुत्ते भी मिल जाणगे। कारण की है? कारण यह भी इबादत विच साडा मन नहीं लगता। एक विद्वान की बड़ी प्यारी विचार है, वह कहिंदे जे किते जिहदे नाल चार कदम तुरिया भारू लगे, समझ लो उत्थे प्रीत नहीं है। जिहदे नाल गल्लां करदियां चित भरे ही ना, जिहदे नाल गल्लां करियां दिल भरे ही ना, वार वार जी करे, वार वार तमन्ना जागे, कोई कर गल सुनावे हर नाम की, सो लगे गुरसिखा मन मिठा। ते सच करके जाणियो उत्थे प्रीत है। जे रब दियां गल्लां करदे आ, रब दियां बातां पाउंदे आ, रब दे कीर्तन, रब दी विचार, मालक दे चरणां विच जुड़े आ, साडा मन किसे उमा विच, किसे खेड़े विच, किसे विकास विच आउंदा है, उदासियां दूर हुंदियां ने, यकीन करके जाणे उत्थे साडी प्रीत है। एक छोटी जिही बेनती होर करां, प्रोफेसर पूर्ण सिंह इन्हां दी जीवनी बड़ी प्रेरणादायक है। छोटे हुंदिआं मापिआं ने, पिता ने यह सोच के भी मेरे पुत नूं इलम बहुत वड्डा आ जाए, ज्ञान बहुत वड्डा हो जाए, उन्होंने किसे दूर एक मसीत विच छड्ड आई किसे मौलवी दे कोल, भई इहनूं पढ़ाओ। वो दिन रात कमजोर जे होण लग पए, उदास रहण लग पए, बहुत बड़ी दवा दारू भी कीती पर कोई बहुता फर्क ना पिया। पिता नूं सद्दा दिता गया, पिता आया ते उन्हें पुछया मौलवी नूं भी की कारण है। उन्हें जवाब दिता, कहण लगे इहनूं असल च कुछ नहीं है, तुसीं एक वारी मां कोल लै जाओ, कुछ नहीं, इहदा दवा दारू इलाज नहीं है। लैके आ गए, मां नूं गलवकड़ी पाई, घुट के प्यार कीता, चौं दिनां च ठीक हो गए। अंदर प्रीत होवे, प्रीत दी दुनिया च सब तो वड्डी औखी घड़ी है विछोड़े दी। जिहदे नाल भी प्रीत है उहदा विछोड़ा नहीं सहार हुंदा, जिहदा विछोड़ा दुखी ना करे उत्थे प्रीत नहीं है। साहिब कृपा करदे ने, प्रीत प्रेम तन खच रहा बीच ना राई होत। उहनां नूं कुछ साडे वांगू उपराले थोड़ा करने पैंदे ने, प्रीतवान नूं जिहड़ा रब दा प्रीतवान है उहनूं कुछ साडे वांगू उपराले नहीं करने पैंदे। प्यारा तो भुलदा ही नहीं, आखा जीवा विसरे मर जाऊं, आखण औखा साचा ना, एक घड़ी ना मिलते तां कलयुग होता।
हुण कद मिले हैं प्रिय तुद भगवंता। उन्हें एक पल का विछोड़ा भी दुखदाई लगता है जे प्रीत पैदा हो जाए। प्रीत प्रेम तन खच रहा बीच न राई होत, चरण कमल मन बेदेओ। बहुत बारी अर्ज करना है, शब्दावली जिहड़ी ना बहुत बारी संकेतक होंदी है, सिंबॉलिक होंदी है। वैसे मनुख ने जदों भी लिपियां बनाईयां सी ना, पहलां बोले हुए बोल उन्हां नूं संभालण वास्ते लिपि दी लोड़ होंदी है। जदों मनुख ने पहलां पहल लिपि बनाई तो पहली लिपि सूत्र लिपि है, याद रखो, जे धागा बन के दिया करदा सी। जदों किसी दूर पार सुनेहा देना तो धागे नाल सुनेहा देना, धागियां दे रंग मिथे हुए सी भी यह रंग का धागा होवे तो घर च खुशी है, यह रंग का धागा होवे तो घर च गमी है, वह सुनेहा दिया करदे सी। इवें अज भी तुसीं देखदे हो जिहड़े विआहां शादियां दे कपड़े हुंदे ने उहदे ते इक खमणी बंधी बन्नी जाती है, मौली बन्नी जाती है। वो असल च उस वेले की एक निशानी है भी यह खुशी का कपड़ा है। पहली लिपि सी मनुख दे कोल सूत्र लिपि, पर फिर भी बहुत बारी अपने भावों का प्रगटावा नहीं सी हो पाउंदा। फिर बंदे ने कढ़ी उहदे नाल उहनूं धागिआं नूं गंढ देना। जिहड़ी दूजी लिपि मनुख ने तैयार कीती उहनूं गंढ लिपि कहिंदे ने। अज भी आपां उहनां शब्दां नूं याद करदे हां, वरे गंढ, ब्याह दी गंढ, कई इहो जिहे शब्द ने जिहड़े अज भी साडे कोल ने। ਇਹ ਦੂਜੀ ਲਿਪੀ ਸੀ। ਫਿਰ ਤੀਜੀ ਲਿਪੀ ਬਣੀ ਚਿੰਨ੍ਹ, ਤਸਵੀਰਾਂ, ਪਿਕਚਰਾਂ, ਕੋਈ ਉਹ ਕਹਿ ਲਓ, ਉਹਦੇ ਵਿੱਚੋਂ ਜੰਮੇ ਹੋਏ ਅੱਖਰ ਨੇ। ਅੱਖਰ ਕੀ ਨੇ? ਅੱਖਰ ਕਿਸੇ ਇੱਕ ਧੁਨੀ ਦਾ ਚਿੱਤਰ ਹੈ। ਅੱਖਰ ਕੀ ਹੈ? ਕਿਸੇ ਇੱਕ ਧੁਨੀ ਦਾ ਚਿੱਤਰ ਹੈ, ਪਰ ਉਸ ਧੁਨੀ ਦੇ ਚਿੱਤਰਾਂ ਵਿੱਚੋਂ ਮਿਲਦਾ ਸੁਨੇਹਾ ਕਈ ਵਾਰੀ ਸ਼ਬਦਾਵਲੀ ਹੋਰ ਹੁੰਦੀ ਹੈ ਅਤੇ ਉਹਦੇ ਵਿਚਲਾ ਸੁਨੇਹਾ ਹੋਰ ਹੁੰਦਾ ਹੈ। ਜਿਵੇਂ ਮੈਂ ਹੁਣੇ ਤੁਹਾਨੂੰ ਬੇਨਤੀ ਕੀਤੀ ਹੈ, ਧਾਗਾ ਤਾਂ ਇੱਕ ਧਾਗਾ ਹੈ, ਪਰ ਧਾਗੇ ਦੇ ਪਿੱਛੇ ਇੱਕ ਬੜਾ ਵੱਡਾ ਸੁਨੇਹਾ, ਖੁਸ਼ੀ ਅਤੇ ਗਮੀ ਲੁਕੇ ਹੋਏ ਨੇ। ਇਸੇ ਤਰ੍ਹਾਂ ਚਰਨ ਕਮਲ, ਚਰਨ ਦਾ ਅਰਥ ਸਿੱਧੇ ਸ਼ਬਦਾਂ ਵਿੱਚ ਮੈਂ ਕਹਿਣਾ ਚਾਹੁੰਦਾ, ਮੈਨੂੰ ਮਾਫ਼ ਕਰਿਓ, ਸਤਿਕਾਰਯੋਗ ਸ਼ਬਦ ਵਰਤਣੇ ਚਾਹੀਦੇ ਨੇ ਪਰ ਮਜਬੂਰੀ ਹੈ। ਚਰਨ ਦਾ ਅਰਥ ਹੈ ਸਿੱਧੇ ਸ਼ਬਦਾਂ ਵਿੱਚ ਪੈਰ, ਕਮਲ ਦਾ ਅਰਥ ਹੈ ਕਮਲ ਫੁੱਲ। ਹੁਣ ਚਰਨ ਕਮਲ ਦਾ ਅਰਥ ਬਣ ਗਿਆ ਗੁਰੂ ਦਾ ਉਪਦੇਸ਼, ਕਿਉਂਕਿ ਗੁਰੂ ਦੇਹੀ ਰੂਪ 'ਚ ਨਹੀਂ ਹੈ, ਦੇਹੀ ਰੂਪ 'ਚ ਨਾ ਹੋਣ ਕਰਕੇ ਅਤੇ ਉਹਦੇ ਚਰਨ ਵੀ ਰੂਪ 'ਚ ਨਹੀਂ ਹੈ। ਅਤੇ ਫਿਰ ਕੀ ਹੋਇਆ ਵੀ ਇੱਕ ਸਿਧਾਂਤਕ, ਇੱਕ ਸਿੰਬੋਲਿਕ, ਇੱਕ ਸੰਕੇਤਕ ਇਹ ਸ਼ਬਦਾਵਲੀ ਹੈ। ਇੱਕ ਪਲ ਹੋਰ, ਤੁਸੀਂ ਕਿਸੇ ਕਵੀ ਨੂੰ, ਕਿਸੇ ਸਿਆਣੇ ਨੂੰ, ਕਿਸੇ ਮਾਲੀ ਨੂੰ, ਕਿਸੇ ਸੰਸਾਰਕ ਬੰਦੇ ਨੂੰ ਪੁੱਛੋਗੇ ਵੀ ਦੁਨੀਆਂ 'ਚ ਸਭ ਤੋਂ ਵਧੀਆ ਫੁੱਲ ਕਿਹੜਾ, ਉਹ ਝਟਕਣਾ ਲਏਗਾ ਗੁਲਾਬ ਦਾ। ਪਰ ਜੇ ਤੁਸੀਂ ਧਰਮ ਦੀ ਦੁਨੀਆਂ 'ਚ ਪੁੱਛੋਗੇ ਵੀ ਸਭ ਤੋਂ ਵਧੀਆ ਫੁੱਲ ਕਿਹੜਾ, ਉਹ ਕਮਲ ਦਾ ਫੁੱਲ ਕਹਿਣਗੇ, ਉਹ ਕਦੇ ਗੁਲਾਬ ਦਾ ਫੁੱਲ ਨਹੀਂ ਕਹਿੰਦੇ। ਧਰਮ ਦੁਨੀਆਂ ਵਿੱਚ ਕਮਲ ਦਾ ਫੁੱਲ ਹੈ, ਗੁਲਾਬ ਦਾ ਫੁੱਲ ਨਹੀਂ ਮਹਾਨ। ਕਿਉਂ? ਕਿਉਂਕਿ ਕਮਲ ਦੇ ਫੁੱਲ ਦੀ ਇੱਕ ਖੂਬੀ ਆ, ਉਹ ਜੰਮਦਾ ਚਿੱਕੜ ਵਿੱਚ ਹੈ, ਰਹਿੰਦਾ ਵੀ ਚਿੱਕੜ 'ਚ ਹੈ, ਪਰ ਚਿੱਕੜ ਦਾ ਦਾਗ ਨਹੀਂ ਲੱਗਣ ਦਿੰਦਾ। ਗੁਰੂ ਉਹ ਹੈ ਜਿਹੜਾ ਸਾਡੇ ਵਾਂਗੂ ਸਾਡੇ ਹੀ ਸੰਸਾਰ ਮੋਹ ਮਮਤਾ ਦੇ ਚਿੱਕੜ 'ਚ ਜਨਮਿਆ, ਪ੍ਰਕਾਸ਼ ਹੋਇਆ। ਗੁਰੂ ਸਾਡੇ ਚਿੱਕੜ 'ਚ ਹੀ ਰਿਹਾ ਹੈ, ਗੁਰੂ ਇਹ ਨਹੀਂ ਵੀ ਇਕੱਲਾ ਜਾ ਕੇ ਬੈਠ ਗਿਆ ਜੰਗਲਾਂ ਵਿੱਚ, ਨਹੀਂ, ਇੱਥੇ ਹੀ ਜੰਮਿਆ, ਇੱਥੇ ਹੀ ਰਿਹਾ। ਮੈਂ ਸ਼ਬਦ ਸਾਦੇ ਵਰਤ ਰਿਹਾ ਗੁਰੂ ਲਈ, ਤੁਸੀਂ ਜਿਹੜੇ ਸਤਿਕਾਰਯੋਗ ਜਿੰਨੇ ਵੀ ਵਰਤ ਸਕੋ ਉਨੇ ਥੋੜ੍ਹੇ ਨੇ। ਗੁਰੂ ਸਾਡੇ ਵਾਂਗੂ ਹੀ ਰਿਹਾ, ਸਾਡੇ ਵਿੱਚ ਹੀ ਜੰਮਿਆ ਪਲਿਆ, ਸਾਡੇ ਵਾਂਗੂ ਹੀ ਉਹਨੇ ਕਾਰੋ ਵਿਹਾਰ ਕੀਤੇ, ਪਰ ਉਹਨੇ ਮਮਤਾ ਦੇ ਚਿੱਕੜ ਦੇ ਦਾਗ ਨਹੀਂ ਲੱਗਣ ਦਿੱਤੇ। ਗੁਰੂ ਦਾਗੀ ਨਹੀਂ ਹੈ, ਨਾ ਕਾਮ ਕਰਕੇ, ਨਾ ਕ੍ਰੋਧ ਕਰਕੇ, ਨਾ ਲੋਭ ਕਰਕੇ, ਨਾ ਮੋਹ ਕਰਕੇ, ਨਾ ਹੰਕਾਰ ਕਰਕੇ, ਗੁਰੂ ਦਾਗੀ ਨਹੀਂ ਹੈ, ਰਿਹਾ ਸਾਡੇ ਵਾਂਗੂ ਹੀ ਹੈ, ਕੋਈ ਫਰਕ ਨਹੀਂ ਪਿਆ। ਪਰ ਉਹਨੇ ਇੱਕ ਉਪਦੇਸ਼ ਉਹ ਦਿੱਤਾ ਹੈ, ਜਿਹੜਾ ਬੰਦਾ ਉਸ ਉਪਦੇਸ਼ ਨੂੰ ਧਾਰਨ ਕਰ ਲਵੇ ਉਹ ਵੀ ਮੋਹ ਮਮਤਾ ਦੇ ਚਿੱਕੜ ਤੋਂ ਉੱਚਾ ਉੱਠ ਜਾਂਦਾ, ਉਹਨੂੰ ਕੋਈ ਦਾਗ ਨਹੀਂ ਹੁੰਦਾ, ਬੇਦਾਗ ਜ਼ਿੰਦਗੀ ਹੁੰਦੀ ਉਸਦੀ।
साहब कहते हैं चरण कमल मन बेदियो, मेरा मन गुरु के उपदेश नाल बिन्या गया, जुड़ गया। बिन्या जाने का मतलब कि हुंदा सीटा जाना। दो चीज़ां नूं फड़ के भी तुसीं कोशिश करो बखरे बखरे कर दी और नहीं हुंदी, उन्हूं कहिंदे ने बिन्या जाना। चरण कमल मन बेदियो बूझण सुरत संजोग, कहिंदे दो चीज़ां का मिलाप हो गया, विछोड़ा क्यों नहीं पैंदा। दो चीज़ां का मिलाप हो गया, बूझण सोच सुरत। चार चीज़ां ने बहुत बारी जिक्र किया है। सुरत का अर्थ हुंदा भांडा जिहड़ी स्टोर करती है। सुरत विच केवल स्टोर हुंदा है, जिन्नियां भी गल्लां ने साडियां सुरत विच स्टोर हुंदियां ने। बूझण का अर्थ हुंदा सूझ बूझ, जिहड़ी अकल निर्णय करती है आ कम कर आ कम ना कर, आ कम कर आ कम ना कर। ये ईमानदारी डिपार्टमेंट है, क्योंकि चलाक बहुत है ना, समा बहुत हो गया, मन चलाक बहुत है। सवेरे उठन लगते हो, अलार्म कहिंदा भी बज गया अलार्म उठ जा, हुण अलार्म कहिंदा घड़ी कहिंदी भी उठ जा, मन कहिंदा पाँच मिनट होर, फिर पाँच मिनट रुक गए, फिर अलार्म लाया हुआ दूजा, फिर पाँच मिनट होर, फिर रुक गए। हुण जदों बार 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 पंद्रह बीह मिनट बर्बाद कर ले, उठ फिर पिया है, पर हुण उठदिया सार भज्जिया जांदा बाथरूम नूं, इधर नूं जांदा उधर नूं जांदा, फिर उही मन है जिहड़ा ताड़न लग पैंदा, कहिंदा तैनूं कहा नहीं सी वी पहले अलार्म ते उठ जाया कर। उही मन है जिहड़ा पंज पंज मिनट लै रहा सी ना, उही मन है, उही झड़का पा रहा हुण जो भज्जिया फिरना ते पहलां उठ जांदा। मन दी गल जिहड़ी आ ना, सोच नहीं सकदा बंदा, मन एडा चलाक है। इही मन कुकर्मां नूं प्रेरदा, इही मन बाद विच ताड़ना करदा वी तैनूं रोकिया सी क्यों नहीं रोकिया। इसलिए सतगुरु जी ने एक बचन बख्शिश किया। हजूर कहते हैं बई सनकादक नारद मुन शेखा, तिन भी तन मैं मन नहीं पेखा। कहने बड़े 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 फकीर लोग ने जोड़े मन करके परेशान होंगे ने। हूँ जदों गुरु के चरणों में चरण कमलों के नाल मन बिज गया ना, उदो मन की एकाग्रता बन गई, वो डबल नहीं भी पहले मैं गलत पासे प्रेरदा फिर बाद च ताड़ना कर, ये नहीं करता। बूझण का अर्थ हुंदा उहदी एक सोच होगी, इक्को पासे प्रेरणा करता है, हुण परेशान नहीं करता। सुरत विच भी उही है, समझ विच भी उही है, वह कहिंदा इक्को ही पासे चलना। तो गुरु कृपा करे, जे असी गुरु नाल प्रेम करना सीख लिया, प्रीत करनी सीख ली, तो असी अपने चुगिरदे नाल भी प्रीत करांगे, प्यार करांगे। जिसदा नोबल प्राइज़ दे जेतू ने, जिन्हें नोबल प्राइज़ शुरू किया, जदों उन्हें दुनिया नूं मरी देखिया तो वो ही हटिया सी ना, वो ही दुहाइयां पा बैठिया सी, मैं गलत बरूद बना बैठा। जिस दिन बंदे नूं पता लग गया, उस दिन सारी कुदरत नाल प्यार करेगा, घर दे रिश्ते बड़े प्यारे बन जाएंगे, फिर कोई किसी ते तशद्दुद नहीं करेगा। गुरु कृपा करे असी उपदेश दे धारनी हो सकीए। इन्नी बेनती कबूल करना भुला चुकां दी खिमा, प्यार नाल आखो जी वाहिगुरू जी का खालसा, वाहिगुरु जी की फतेह।